ਬੀਬੀ ਜਗੀਰ ਕੌਰ ਨਿਊਜ਼ 18 ਤੇ ਜੁੜੇ ਹੈ। ਬੀਬੀ ਜੀ, ਜਾਣਕਾਰੀ ਇਹ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਤੁਹਾਨੂੰ ਮਨਾਉਣ ਦੇ ਲਈ ਤੁਹਾਡੇ ਘਰ ਆ ਰਹੇ ਹੈ। ਅਕਾਲੀ ਦਲ ਦੀ ਲੀਡਰਸ਼ਿਪ 14 ਤਰੀਕ ਨੂੰ ਤੁਹਾਡੇ ਘਰ ਆ ਰਹੀ ਹੈ। ਹਾਂਜੀ, ਉਹਨਾਂ ਦਾ ਆਇਆ ਸੀਗਾ ਜੀ ਟੈਲੀਫੋਨ ਵੀ, ਸਾਰੀ ਲੀਡਰਸ਼ਿਪ ਅਸੀਂ ਪਹੁੰਚਣਾ ਉੱਥੇ ਆਉਣਾ, ਤੇ ਮੈਂ ਜੀ ਕਿਹਾ, ਮੈਂ ਕਿਹਾ ਜੀ ਮੈਂ ਤੁਹਾਨੂੰ ਵੈਲਕਮ ਨਹੀਂ ਕਰ ਸਕਦੀ ਹਾਂ, ਮੈਂ ਹੋਰ ਕੀ ਕਹਿ ਸਕਦੀ। ਤੁਹਾਨੂੰ ਕਿੰਨਾ ਦਾ ਫੋਨ ਆਇਆ ਔਰ ਕੀ ਗੱਲਬਾਤ ਹੋਈ? ਮੈਨੂੰ ਤੇ ਬਹੁਤ ਸਾਰੇ ਲੀਡਰਸ ਦਾ ਆਇਆ, ਬਾਕੀ ਬਾਦਲ ਸਾਹਿਬ ਦਾ ਵੀ ਆਇਆ। ਉਹਨਾਂ ਨੇ ਕਿਹਾ ਮੈਂ ਆਉਣਾ ਬਾਬਾ ਜੀ ਦੇ ਸਥਾਨ ਦੇ ਉੱਤੇ ਤੁਹਾਡੇ ਕੋਲ। ਮੈਂ ਕਿਹਾ ਜੀ ਆਇਆਂ ਨੂੰ, ਮੈਂ ਕਿਉਂਕਿ ਮੈਂ ਜੇ ਤੁਸੀਂ ਕਹੋ ਕਿ ਮੈਂ ਕਿਸੇ ਨਾਲ ਰੁੱਸੀ ਆ, ਰੁੱਸੀ ਤੇ ਮੈਂ ਨਹੀਂ ਨਾ, ਮੈਂ ਪਾਰਟੀ ਛੱਡੀ ਹੈ, ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਿਣਾ, ਮੇਰੇ ਕੋਈ ਇੱਦਾਂ ਦੀ ਗੱਲ ਨਹੀਂ। ਮੈਂ ਹਮੇਸ਼ਾ ਸਮਰਪਿਤ ਹਾਂ ਆਪਣੀ ਪੰਥ ਵਾਸਤੇ। ਜਿਹੜੀ ਤੁਹਾਡੀ ਨਾਰਾਜ਼ਗੀ ਸੀਗੀ, ਜਿਹੜੇ ਮਨਮੁਟਾਵ ਸੀਗੇ ਜਿਸ ਕਰਕੇ ਸਾਰੀਆਂ ਚੀਜ਼ਾਂ ਵਿਗੜੀਆਂ, ਤੁਹਾਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ? ਨਾ ਨਾ, ਉਹ ਮੈਂ ਸਭ ਕੁਝ ਉਹਨਾਂ ਨੂੰ ਕਿਹਾ ਕਿ ਮੈਂ ਸਿਧਾਂਤਕ ਪਹਿਰੇਦਾਰੀ ਉੱਦਾਂ ਹੀ ਕਰਨੀ, ਜਿੱਥੇ ਪਾਰਟੀ ਦੀਆਂ ਕਮਜ਼ੋਰੀਆਂ ਆਈਆਂ ਮੈਂ ਉਹ ਦੁਹਰਾਉਂਦੀ ਰਹਾਂਗੀ, ਜਿੱਥੇ ਤੁਹਾਡਾ ਲੋਕਾਂ ਦੀ ਆਵਾਜ਼ ਜਿਹੜੀ ਹੈ ਮੈਂ ਉਹ ਉਠਾਉਂਦੀ ਰਹਾਂਗੀ। ਬਸ ਤੁਸੀਂ ਆਉਣਾ, ਮੰਨ ਕੇ ਚੱਲੀਏ ਕਿ 14 ਤਰੀਕ ਨੂੰ ਜਦੋਂ ਤੁਹਾਡੇ ਘਰ ਆਣਗੇ, ਤੁਹਾਡੇ ਨਾਲ ਗੱਲਬਾਤ ਕਰਨਗੇ, ਜਿਵੇਂ ਢੀਂਡਸਾ ਸਾਹਿਬ ਸਾਰੇ ਇਕੱਠੇ ਹੋ ਗਏ ਨੇ, ਉਦਾਂ ਹੀ ਅਕਾਲੀ ਦਲ ਲਈ ਤੁਸੀਂ ਐਕਟਿਵ ਹੋ ਜਾਓਗੇ, ਔਰ ਜੇ ਪਾਰਟੀ ਕਹੇਗੀ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨੀ ਹੈ ਤਾਂ ਤੁਸੀਂ ਲੜੋਗੇ? ਪਾਰਟੀ ਕੀ ਕਹਿੰਦੀ ਮੈਨੂੰ ਤੇ ਪਤਾ ਨਹੀਂ ਜੀ, ਉਹਨਾਂ ਦੀ ਇੰਨਾ ਹੀ ਮੈਨੂੰ ਕਿਹਾ ਵੀ ਅਸੀਂ ਆਉਣਾ, ਮੈਂ ਕਿਹਾ ਵੈਲਕਮ। ਤੇ ਹੁਣ ਕਿਵੇਂ ਦੇਖਦੇ ਹੋ ਅੱਗੇ ਦੀ ਤੁਹਾਡਾ ਜਿਹੜਾ ਸਫ਼ਰ ਰਹੇਗਾ ਰਾਜਨੀਤੀ? ਨਹੀਂ, ਮੈਂ ਤੇ ਅਕਾਲੀ ਦਲ ਦੀ ਸੇਵਾ ਕਰਦੀ ਆ ਰਹੀ ਹਾਂ, ਉਹ ਕਰਾਂਗੀ, ਪੰਥ ਦੀ ਸੇਵਾ ਕਰਦੀ ਰਹੀ ਹਾਂ, ਆਪਣੀ ਸੰਸਥਾ ਦੀ ਧਾਰਮਿਕ ਵੀ ਤੇ ਰਾਜਨੀਤਿਕ ਉਹ ਕਰਦੀ ਰਵਾਂਗੀ। ਇਸ ਤੋਂ ਵੱਧ ਮੈਂ ਕੀ ਕਹਿ ਸਕਦੀ, ਮੇਰੀਆਂ ਨਾ ਕਦੀ ਕੋਈ ਮੈਂ ਇੱਦਾਂ ਦੀ ਸ਼ਰਤਾਂ ਰੱਖਦੀ ਨਹੀਂ, ਨਾ ਮੈਂ ਰੱਖਣੀਆਂ ਕਿਸੇ ਨੂੰ।